ਹੋਰਾ ਲੈ ਜਾਓ ਬਾਬਾ ਜੀ ਆ ਜਾ ਬਾਬੇ ਮੇਰੀ ਸੁਣ ਲੈ ਭਾਈ ਗੱਲ ਤੈਂ ਮੰਗਿਆ 13,000 ਤੈਂ ਮੰਗ ਲਿਆ ਜੇ ਤੇਰੇ ਭਾਈ ਨੇ ਮੰਗ ਲਿਆ ਉਹਦੇ ਹਾਂ ਗੱਲ ਤਾਂ ਇੱਕੋ ਹੀ ਹੈ ਬਾਬਾ ਜੀ ਲਾਉਂਦਾ 7,000 ਬਾਬਾ ਜੀ ਨੇ ਕਿਹਾ ਵੀ 7 ਤੇ ਕਹਾਣੀ ਨੀ ਲੋਟ ਆਉਂਦੀ ਜਾਇਜ਼ ਮੁੱਲ ਕਰ ਲੈ ਹੁਣ ਤੈਨੂੰ ਬਿੰਦੇ ਚਿੱਟੇ ਅਸੀਂ ਕੁਛ ਨੀ ਕਹਿੰਦੇ ਇੱਕੋ ਹੀ ਮੁੱਲ ਕਰਾਂਗੇ ਲੈ ਉਹਰਾ ਕਰ ਹੱਥ ਬੋਲੋ ਜੀ ਤੇਰਾ ਛੇਲਾ 8,000 ਦਾ ਵੇਚਦਾ ਨਹੀਂ ਹੋਣਾ ਜੀ ਬੱਚੇ ਕਨੀ ਨਿਗਾਹ ਮਾਰੋ ਨਾ ਜੀ ਉਹ ਪੱਠਾ ਨਾਲ ਥੋੜੀ ਬੱਚਾ ਰਲਾਉਂਗਾ ਬੱਚਾ ਵੀ ਦੇਖ ਲਿਆ ਤੂੰ ਵੀ ਦੇਖ ਲਿਆ ਬੜਾ ਸੋਹਣਾ ਹੀ ਹੈ ਪੱਠਾ ਵੀ ਲਿਆਓ ਬਾਬਾ ਜੀ ਉਹਨੇ ਖੋਲ ਕੇ ਤੇ ਬੱਚਾ ਵੀ ਆਪਾਂ ਬਰੋਬਰ ਖਿਲਾਰਾਂਗੇ ਜਾਂ ਫ੍ਰੀ ਬੱਚਾ ਦਊਂਗਾ ਜੇ ਪੱਠਾ ਦੇ ਤੁਸੀਂ ਬਰੋਬਰ ਇੱਕ ਵਾਰੀ ਵੀ ਕਹਿ ਦੋ ਕਹਦੇ ਚੂੜੀਆਂ ਘਰੇ ਬੱਚਾ ਹੀ ਕਹਦੇ ਚੂੜੀਆਂ ਦਾਂਗੇ ਬਾਈ ਹੈ ਬਾਬਾ ਜੀ ਵੱਡੀ ਗੱਲ ਨਹੀਂ ਹੈ ਉਹ ਬਰੀਕੇ ਦਾ ਕੱਤ ਵਾਲੀ ਇਹ ਲੈ ਉਰਾ ਕਰ ਨਹੀਂ ਤਾਇਆ ਬਣਨੀ ਨਹੀਂ ਗੱਲ ਫਾਇਦਾ ਕੀ ਆ ਗੱਲਾਂ ਉਰਾ ਤਾਂ ਕਰ ਲੈ ਫੇਣ ਆ ਕਿਨੇ ਨਹੀਂ ਗਰਮ ਕੋਈ ਗੱਲ ਨਹੀਂ ਵੀਰੇ ਚਾ 9,000 ਦਾ ਵੇਚ ਨਹੀਂ ਹੋਣਾ ਬਾਈ ਨਹੀਂ ਹੁੰਦਾ ਨਹੀਂ ਹੁੰਦਾ ਤਾਇਆ ਬੱਚਾ 10,000 ਦਾ ਦੇਣਾ ਤਾਂ ਕਿਉਂ ਰੋਣ ਵਾਲਾ ਹੋ ਰਿਹਾ ਹੈ ਇਹ 10,000 ਤੋਂ ਘੱਟ ਬੱਚਾ ਨਹੀਂ ਦੇਣਾ ਜਾ ਬੇਇੱਜ਼ਤਾ 9,000 ਦਾ वीडियो सबसे पहले देखने के लिए चैनल को सब्सक्राइब करें घंटी का बटन ऑल पे कर दें ताकि सभी नोटिफिकेशन आप तक सबसे पहले पहुंच जाए धन्यवाद मैं रात कहता हूं चल ठीक है ना जी बाबा जी वो मेमना देखो आ मेमना चेक करो आ बचाले सानी वास्ते उन्होंने पठा दे हाण दे ते नक नकौड़ा तुसी इहनू चेक करो फिर कर दे आपां किसी भी गलों खुंझा नहीं होया मेमना खुले हड्डा पैरों का बनू लबेट पूरी है बाबाई जिहड़ियां थोनू चंगियां लगदियां ने ओह कढ लो आप देख देख के दंदी टकियाई ना कढ लो आओ जी बाबा जी जेड़ियां भी थोनू चंगियां लगदियां नवीआं पट्ठां नवें हाण च ओह कढो इक इक सूए दो दो सूए सूईआं होईआं पंज कढ लो चार कढ लो दो कढ लो ਆਪਾਂ ਜਾਂ ਤਾਂ ਲਵਾਂਗੇ 3.5-3.5 ਦੀ ਗਰੰਟੀ ਵਾਲੀ ਗੱਬਣ ਹੋਵੇ ਠੀਕ ਹੈ ਜਾਂ ਲਵਾਂਗੇ ਸੂਈ ਉਹ ਬਾਬਾ ਵੀ ਜੈ ਸੂਈਆਂ ਹੋਈਆਂ ਲਾਉਂਗੇ ਠੀਕ ਹੈ ਬਾਬਾ ਦਾ ਖਿਡਾਰੀ ਗੱਡੀਆਂ ਫੰਡ ਰਿਆ ਉਹਨਾਂ ਦਾ ਤਾਂ ਹਲੇ ਬਾਬੇ ਕੋ ਗਏ ਸੀ ਉਧਰ ਬਿਜੀ ਸੀ ਪੈਸੇ ਉਹ ਕੋਈ ਗੱਲ ਨਹੀਂ ਦੇਖ ਲਓ ਫਿਰ ਆਪਾਂ ਸਾਰੇ ਘੁੰਮ ਕੇ ਕੋਈ ਨਹੀਂ ਨਿਗਾਹ ਜਿੱਥੋਂ ਤੁਹਾਡੇ ਨਿਗਾਹ ਚ ਆਵੇ ਆਪਾਂ ਉੱਥੇ ਹੀ ਲੈ ਲਾਂਗੇ ਤੁਸੀਂ ਕਿਹੜਾ ਮੁਫਤ ਲੈਣੀ ਹੈ ਜੀ ਪੈਸੇ ਲਾਉਣੇ ਨੇ ਗੱਲ ਸੋਲਾਨੀ ਹੈ ਤੁਹਾਡੀ ਆ ਬੱਕਰੀ ਮੋੜੀ ਭਾਈ ਉਰਾ ਬਾਬਾ ਜੀ ਦੇਖਿਆ ਨਹੀਂ ਮੇਮਣਾ ਮੇਮਣਾ ਥੱਲਾ ਥੁੱਲਾ ਸਭ ਕੁਛ ਵਧੀਆ ਖੀਰਾ ਬੱਚਾ ਹੈ ਉਹਨਾਂ ਪੱਠਾਂ ਦੇ ਹਾਣ ਦਾ ਸੁਨੱਖਾ ਹੈ ਰੇਟ ਤਾਂ ਮੈਂ ਆਪੇ ਜਚਾ ਦੂੰ ਨੂੰ ਮੰਗੀ ਜਾਣ ਦੇ ਆਪਣਾ ਕੀ ਲਊ ਰੇਟ ਮੰਗੀ ਜਾਣ ਦੇ ਅਗਲੇ ਦੀ ਚੀਜ਼ ਹੈ ਆਪਣੇ ਜਿੰਨਾ ਪੜਤੇ ਚਾਹੂ ਆਪਾਂ ਲਵਾਂਗੇ ਕਿਉਂ ਜੀ ਆਪਾਂ ਕਿਹੜਾ ਹੋਆ ਕਰ ਲਿਆ ਕੋਈ ਨੀ ਬਾਬਾ ਜੀ ਮੈਂ ਉਰੀ ਆ ਦਿਓ ਗੇੜਾ ਹੈ ਫਿਰ ਕੇ ਫਿਰ ਮੈਨੂੰ ਬੁਲਾ ਲਿਓ ਹਾਂ ਬਾਬਾ ਜੀ ਕੋਈ ਨੀ ਦੇਖ ਕੇ ਮੈਨੂੰ ਬੁਲਾ ਲਿਓ ਉਰੀ ਆ ਨਿਗਾਹ ਕਰ ਲਓ ਮਾਲ ਚੰਗੀ ਤਰ੍ਹਾਂ ਆ ਗਿਆ ਬਸ ਹਾਂ ਹਾਂ ਜੀ ਦੱਸੋ ਫਿੱਟ ਹੈ ਆਪਣੇ ਫਿੱਟ ਤਾਂ ਹੈਗਾ ਚੱਲ ਖੀਰਾ ਹੀ ਆ ਬਾਬਾ ਜੀ ਕੱਦ ਬਥੇਰਾ ਕਰੂਗਾ ਬਾਈ ਉਰੇ ਆ ਛੱਡ 13 ਤੂਲਾ ਨੂੰ ਕੀ ਮੰਗਦਾ ਸਹੀ ਮੁੱਲ ਦੱਸ ਦੇ ਸਹੀ ਮੁੱਲ ਦੱਸ ਦੇ ਕੀ ਮੁੱਲ ਦੱਸਿਆ ਬਈ 13,000 13,000 ਆ ਜੀ ਕੰਨ ਛੱਡਿਓ ਬਾਬਾ ਜੀ ਕੰਨ ਕੁੰਨ ਵੀ ਪੂਰਾ ਤੁਸੀਂ ਦੱਸੋ ਵੀ ਤੁਹਾਡੇ ਪਸੰਦ ਆ ਮੇਮਣਾ ਮੇਮਣਾ ਪਸੰਦ ਆ ਵਧੀਆ ਯਾਰ ਬੱਚੇ ਦਾ ਕਮੀ ਨਹੀਂ ਹੈਗੀ ਜਿਹੜੇ ਬਾਈ ਦਿਖਾ ਲਓ ਜੀ ਕੋਈ ਦਿੱਕਤ ਨਹੀਂ ਵੀਰੇ ਉਹ ਮੁੰਡੇ ਨੂੰ ਵੀ ਤੁਹਾਡੇ ਨਾਲ ਦੇ ਨੂੰ ਦਿਖਾ ਲਓ ਮਾਗਰ ਦੇ ਵਧੀਆ ਆ ਰਹੇ ਕੰਨ ਵੀ ਬੱਚੇ ਹੀ ਨਹੀਂ ਮਾੜਾ ਵੀਰੇ ਚਿੱਟੀ ਅੱਖ ਦਾ ਬੱਚਾ ਚਿੱਟੀ ਅੱਖ ਦਾ ਮੇਮਣਾ ਵਧੀਆ ਦੀ ਗੱਲ ਕਰੋ ਬਾਈ ਮੇਮਣਾ ਪਸੰਦ ਆ ਤੇਰੇ ਲਾਲ ਪੱਗ ਵਾਲਿਆ ਕੱਟਦੇ ਚਰਨੇ ਕਰ ਹਾਂ ਬਾਈ ਜਾ ਮੈਂ ਦੇਖੋ ਜੀ ਸਾਰੇ ਜਣੇ ਸਲਾਹ ਬਣਾ ਚਰਨੇ ਵਾਈ ਦੀਆਂ ਕਿਹੜੀ ਹਾਂ ਜੀ ਚਰਨੇ ਦੀ ਇਹ ਮਾਲ ਇਹ ਆਪਣੀ ਹੈ ਮੁੰਡਾ ਕਿਹੜਾ ਬਗੈਨਾ ਆਪਣੇ ਪਿੰਡ ਤੋਂ ਬੱਚੇ ਦੀ ਕਮੀ ਨਹੀਂ ਹੈਗੀ ਬਾਈ ਕੋਈ ਜੁੜੂ ਤੇ ਦੇਖੀ ਜਾਈਦਾ ਹਾਂ ਲਾਓ ਤੁਸੀਂ ਲਾਓ ਮੁੱਲ ਮੁੱਲ ਲਾਓ ਬੋਲੋ ਪੱਠਾ ਜਿੰਨਾ ਲਾਉਂਦੇ ਸੀ ਤੂੰ ਹੈ ਉਹ ਪੱਠਾ ਨਹੀਂ ਉੱਥੇ ਤਾਂ ਨਹੀਂ ਗੱਲ ਬਣਦੀ ਦੇਖੋ ਉਹ ਪੱਠਾ ਨਰਮਤੀਆਂ ਬੱਚੇ ਦਾ 13,000
ਬਾਬਾ ਜੀ ਪਤਾ ਨਹੀਂ ਕੀ ਲਾਉਂਦੇ ਨੇ ਜੀ ਆਪਾਂ ਤਾਂ ਕੋਈ ਸਾਡੇ ਹੀ ਲਾਉਂਦਾ ਪਤਾ ਅੱਛਾ ਜੀ ਠੀਕ ਨਾ ਕੋਈ ਨਹੀਂ ਜੀ ਮੁੱਲ ਇਹਨਾਂ ਦਾ ਜਿੰਨਾ ਮਰਜ਼ੀ ਲਾਉਂਦਾ ਪੱਠਾ ਦੇ ਮੁੱਲ ਚ ਲਾਉਂਦਾ ਹੈ ਲਓ ਜੀ ਤੁਸੀਂ ਮੁੱਲ ਜਿੱਤਾ ਨਹੀਂ ਹੈਗਾ ਯਾਰ ਉਹ ਮੈਂ ਵੀ ਕਹਿਤਾ ਵੀ ਉੱਥੇ ਤਾਂ ਨਹੀਂ ਆਉਣਾ ਬੱਚਾ ਜਾਨ ਚੱਲ ਦੱਸ ਕਿੱਥੇ ਆਉਂਦਾ ਮੇਰਾ ਦੱਸ ਸਾਈ ਕੱਢੋ ਆਪਣਾ ਉਹੀ ਸੌਦਾ ਲੋਟ ਹਾਂ ਸਾਂਭ ਕੇ ਰੱਖਿਆ ਸੌਦਾ ਹੋ ਬੱਕਰਾ ਫੜਾ ਤਾਂ ਸੋ ਹੈ ਜੀ ਬੱਚਾ ਨਹੀਂ ਮਾਰਾ ਜੀ ਬਰੀਡਰ ਬਣੂਗਾ ਜੇ ਤੁਹਾਡੀ ਮਰਜ਼ੀ ਕਰੋ ਜੀ ਆਪਦੀ ਮੈਂ ਤਾਂ ਪਰ ਉੱਥੇ ਤਾਂ ਨਹੀਂ ਬਣਾ ਮਰਜ਼ੀ ਸੌਦਾ ਤੇਰਾ ਕਰਾ ਦੂੰ ਰਾਇਤ ਦੇ ਨਾ ਮੰਗਣ ਮਾਰੇ ਮੁੜ ਤੂੰ ਰਾਇ ਦੇ ਤਾਂ ਰੇ ਰੇ ਹੈ ਫੇ ਰਾਜੂ ਇੱਕ ਗੱਲ ਆ ਬੱਚਾ ਦਾ ਵਧੀਆ ਇੱਕ ਨੰਬਰ ਬੱਚਾ ਵਧੀਆ ਬੱਚਾ ਨਹੀਂ ਮਾੜਾ ਯਾਰ ਆਪਾਂ ਸਾਰੇ ਪਾਲੀਆ ਪੱਕੇ ਤੋਂ ਪੱਕੇ ਬੰਦੇ ਤੂੰ ਦਿਖਾ ਲਓ ਬਈ ਫੇਰ ਕਿਸੇ ਚੀਜ਼ ਦੀ ਲੋਕ ਕਥਾ ਹੀ ਨਹੀਂ ਬਈ ਅਜੇ ਸਾਰਾ 5 ਮਹੀਨਿਆਂ ਦਾ ਬੱਚਾ ਹੈ ਕਿਹੜਾ ਵੀ ਬੁੜਾ ਹੋ ਗਿਆ ਹੀਰਾ ਬੱਚਾ ਯਾਰ ਕੁਛ ਵੀ ਨਹੀਂ ਨਹੀਂ ਐਡੇ ਐਡੇ ਦਾ ਦੰਦ ਤੋੜ ਜਾਂਦੇ ਨੇ ਬਈ ਹੋ ਜੂਗਾ ਹੁਣ ਕੱਤੇ 'ਚ ਪੱਠਾਂ ਦੇ ਨਾਲ ਹੀ ਹੋ ਜੂ ਜਦ ਨੂੰ ਪੱਠਾਂ ਨੇ ਆਸ ਲੱਗਣਾ ਹੋਰ ਲੈ ਜਾਓ ਬਾਬਾ ਜੀ ਆ ਜਾ ਬਾਬੇ ਮੇਰੀ ਸੁਣ ਲੈ ਭਾਈ ਗੱਲ ਤੈਂ ਮੰਗਿਆ 13,000 ਤੈਂ ਮੰਗ ਲਿਆ ਜੇ ਤੇਰੇ ਭਾਈ ਨੇ ਮੰਗ ਲਿਆ ਹਾਂ ਗੱਲ ਤਾਂ ਇੱਕੋ ਹੀ ਹੈ ਬਾਬਾ ਜੀ ਲਾਉਂਦਾ 7,000 ਬਾਬਾ ਜੀ ਨੂੰ ਕਿਹਾ ਵੀ 7 ਤੇ ਕਹਾਣੀ ਨੀ ਲੋਟ ਆਉਂਦੀ ਜਾਇਜ਼ ਮੁੱਲ ਕਰ ਲੈ ਹੁਣ ਤੈਨੂੰ ਬਿੰਦੇ ਝੱਟੇ ਅਸੀਂ ਕੁਛ ਨੀ ਕਹਿੰਦੇ ਇੱਕ ਹੀ ਮੁੱਲ ਕਰਾਂਗੇ ਲੈ ਉਹਰਾ ਕਰ ਹੱਥ ਬੋਲੋ ਜੀ ਤੇਰਾ ਛੇਲਾ 8,000 ਦਾ ਵੇਚਦਾ ਨਹੀਂ ਹੋਣਾ ਜੀ ਨਹੀਂ ਤਾਂ ਹੋਰ ਕੀ ਹੋ ਹੋਰ ਬਣੂ ਵੀ ਬਣਨੀ ਨਹੀਂ ਗੱਲ ਮੈਨੂੰ ਪਤਾ ਫਰਕ ਬੜਾ ਆ ਫਰਕ ਨੂੰ ਕਿੰਨਾ ਕੁ ਹੋਇਆ ਫਰਕ ਹੀ ਫਰਕ ਖੋਲ ਕੇ ਬੱਚਾ ਵੀ ਆਪਾਂ ਬਰੋਬਰ ਖਿਲਾਰਾਂਗੇ ਜਾਂ ਫ੍ਰੀ ਬੱਚਾ ਦਊਗਾ ਜੇ ਪੱਠਾਂ ਦੇ ਤੁਸੀਂ ਬਰੋਬਰ ਇੱਕ ਵਾਰੀ ਵੀ ਕਹਿ ਦੇ ਸਾਰੀ ਪਾਰਟੀ ਕਹਿ ਦੇ ਫ੍ਰੀ ਬਣਾਉਂਗਾ ਨਹੀਂ ਬਸ ਗੱਲ ਫਿਰ ਇਹੀ ਤੁਹਾਡੇ ਉਹ ਪਸੰਦ ਹੈ ਬਾਬਾ ਜੀ ਹੈ ਸੁਣੋ ਬਾਈ ਸੁਣੋ ਤੁਹਾਡੇ ਪਸੰਦ ਵੀ ਹੈ ਪਸੰਦ ਤਾਂ ਹੈਗਾ ਹੀ ਆ ਕਿਤੇ ਐ ਨਾ ਕਿਹੋ ਵੀ ਰਾਜੂ ਨੇ ਧੱਕੇ ਨਾਲ ਦਵਾਤਾ ਪਿੱਛੋਂ ਫਿਰ ਮੇਰੇ ਚ ਲੋਕ ਕਸੂਰ ਕੱਢਣ ਲੱਗ ਜਾਂਦੇ ਨੇ ਪਸੰਦ ਹੈ ਚੀਜ਼ ਬਾਬਾ ਜੀ ਨੂੰ ਵੀ ਨੀ ਪੁੱਛਦਾ ਦੱਸੇਗਾ ਜੇ ਤਾਂ ਸਾਢੇ 8 ਦਾ ਦੇ ਦੇ ਨਹੀਂ ਹੋਣਾ ਜੀ ਨਹੀਂ ਗਰੀਬ ਨੇ ਬੰਦੇ ਨਹੀਂ ਨੀ ਤਾਇਆ ਗੱਲ ਫਾਇਦਾ ਕੀ ਆ ਬੱਚਾ ਤਾਂ ਦੇਖ ਐਸਾ ਆ ਵੇਚ ਦਾਂਗੇ ਹੋਰ ਕਰਾਂ ਬਾਬਾ ਜੀ ਕੁਛ ਬ੍ਰੇਕੀਆਂ ਦਾ ਕੀ ਆ ਯਾਰ ਕਾਹ ਦੇ ਚੂੜੀਆਂ ਲੱਗ ਕੇ ਘਰੇ ਬੱਚਾ ਹੀ ਕਾਹ ਦੇ ਚੂੜੀਆਂ ਦਾਂਗੇ ਬਾਈ ਹੈ ਬਾਬਾ ਜੀ ਵੱਡੀ ਗੱਲ ਨਹੀਂ ਹੈ ਬ੍ਰੇਕੀ ਦਾ ਟੱਟ ਵਾਲੀ ਇਹ ਲੈ ਉਰਾ ਕਰ ਨਹੀਂ ਤਾਇਆ ਬਣਨੀ ਨਹੀਂ ਗੱਲ ਫਾਇਦਾ ਕੀ ਆ ਗੱਲਾਂ ਉਰਾ ਤਾਂ ਕਰ ਲੈ ਫੇਣ ਆ ਕਿ ਨਹੀਂ ਹੁਣ ਤਾਂ ਲੈ ਕੋਈ ਨਾ ਨਹੀਂ ਗਰਮ ਕੋਈ ਗੱਲ ਨਹੀਂ ਵੀਰੇ 9,000 ਦਾ ਵੇਚ ਨਹੀਂ ਹੋਣਾ ਬਾਈ ਨਹੀਂ ਹੁੰਦਾ ਨਹੀਂ ਹੁੰਦਾ ਤਾਇਆ ਬੱਚਾ 10,000 ਦਾ ਦੇਣਾ ਤਾਂ ਕਿਉਂ ਰੋਣ ਵਾਲਾ ਹੋ ਰਿਹਾ ਹੈ ਇਹ 10,000 ਤੋਂ ਘੱਟ ਬੱਚਾ ਨਹੀਂ ਦੇਣਾ ਜਾਂ ਵੇਚਤਾ 9,000 ਦਾ ਨਹੀਂ ਨਹੀਂ ਸਾਡੇ ਦਾ ਹਾਂ ਸਾਡੇ 9 ਦਾ ਵੇਚਤਾ ਤਾਂ ਉਹੀ ਕਦਰ ਨਹੀਂ ਕਰਦਾ ਕਦਰ ਨੂੰ ਕਿੱਡੀ ਕੁ ਕਦਰ ਹੈ ਰੱਖ ਇਹਨਾਂ ਨੇ ਰੱਖਣਾ ਵਿਚਾਰਿਆਂ ਨੇ ਬੱਚੇ ਨੂੰ ਵੀ ਕੋਈ ਨਿੰਦ ਦਾ ਓਏ ਕੋਈ ਨਹੀਂ ਤੈਨੂੰ ਵੀ ਨਹੀਂ ਨਿੰਦ ਦਾ ਬਾਬਾ ਦਾ ਪੱਠਾ ਪੱਠਾ ਬਰੋ ਬੜਾ ਸੋਹਣਾ ਮੁੰਡਾ ਹੈ ਫੇਰ ਗੱਲ ਬਣੂਗੀ ਚਾਹੇ ਅੱਜ ਤੇਰਾ ਸਾਕ ਕਰ ਦਈਏ ਵਿਆਹ ਦਾਂਗੇ ਮੁੰਡਾ ਸੋਹਣਾ ਹੈ ਪੱਠਾ ਆਪਣੀ ਸਾਹ ਬੱਕਾ ਬਣਾ ਉਹੀ ਤਾਂ ਪੱਠਾ ਵੀ ਸੋਹਣਾ ਹੈ ਵਧੀਆ ਯਾਰ ਇਸ ਲੱਗਾ ਬੱਚਾ ਬੱਚਾ ਵੀ ਸੁਨੱਖਾ ਸੁਨੱਖਾ ਹੀ ਆ ਕੇ ਟੋਹੇ ਮੈਨੇ ਹਾਂਜੀ ਭਾਈ ਦੱਸੋ ਕੋਣ ਆਈ ਵਧੀਆ ਰੇ ਦਿਖਾਤਾ ਜੀ ਦਿਖਾਤਾ ਛੱਡੋ ਜੀ ਕੰਨ ਬੱਚੇ ਦੇ ਕੰਨ ਛੱਡੋ ਲਓ ਜੀ ਲਓ ਖੂਬੀ ਦੱਸ ਦਿਓ ਇਹਦੀ ਹਾਂਜੀ ਖੂਬੀਆਂ ਦੱਸ ਦਿਓ ਕੀ ਕੋਈ ਹੈ ਖੂਬੀਆਂ 'ਚ ਕੋਈ ਖੂਬੀਆਂ ਨਹੀਂ ਵਧੀਆ ਮੇਮਨਾ ਚੰਗੀ ਬੱਕਰੀ ਦਾ ਇਹਦੀਆਂ ਪੱਠਾਂ ਜਿਹੜੀਆਂ ਹੋਣਗੀਆਂ ਚੰਗੇ ਠੁਕਵੇਂ ਲਿਓਟਿਆਂ ਵਾਲੀਆਂ ਹੋਣਗੀਆਂ ਉਹ ਇੱਥੋਂ ਥੱਲਾ ਦੱਸਦਾ ਇਹਦਾ ਟੁੱਟਵੇਂ ਲਿਓਟੇ ਵਾਲੀਆਂ ਪੱਠਾਂ ਨਹੀਂ ਬਣਦੀਆਂ ਇਹਦੀ ਪੱਠ ਸੂੰਦਿਆਂ ਤੱਕ ਦੁੱਧ ਦਿਆ ਕਰੂਗੀ 10 ਕੁ ਦਿਨੇ ਪਹਿਲਾਂ ਹਟੂਗੀ ਇਹ ਐਸੀ ਖੂਬੀ ਦਾ ਮੇਮਨਾ ਆਪਾਂ ਗਲਤ ਗੱਲ ਨੀ ਪੋਪੀ ਕਹਿੰਦੇ ਸਾਨੂੰ ਇਹਨਾਂ ਉਲਝਾਂ ਬਾਰੇ ਪਤਾ ਹੈ ਹਾਂ ਆ ਜਾ ਬਈ ਚਰਨੇ ਆ ਆਹ 500 ਵਾਲਾ ਤੁਹਾਡਾ ਵਿੱਚ ਪਾ ਲਿਆ ਜੀ ਕਿਤੇ ਕਹਿ ਦੋ ਵੀ ਅਸੀਂ ਮੋੜਿਆ ਨੀ ਲਓ ਜੀ ਉਧਰ ਨੂੰ ਮੂੰਹ ਕਰ ਲੈ ਉਧਰ ਆ ਜੀ ਬਾਈ ਇਹ ਕੀ ਕਰਦਾ ਤੂੰ 4-5 ਉਹ ਵੀ ਕਰ ਲੈਂਦੇ ਕੋਈ ਨਹੀਂ ਦੁਕਾਨ ਦਾ ਖੜ ਜਾ ਜਿੱਕੇ ਤੇ ਪੈ ਗਿਆ 7-8-9 9:30 ਜੀ ਆ ਨੋਟ ਬਦਲ ਦੋ ਅੱਛਾ ਜੀ ਆ ਨੋਟ ਬਦਲ ਦੋ ਜੀ ਕਹਿੰਦੇ ਚ ਤੋਤਾ ਹੋਇਆ ਬੜੀ ਖੂਬੀ ਦੇਖ ਤੋਤਾ ਹੋਇਆ ਚੱਲ ਕੋਈ ਗੱਲ ਨਹੀਂ ਤੋਤੇ ਨੂੰ ਖਾ ਚੱਲ ਆਪਾਂ ਤਾਂ ਫੜ ਲਾਂਗੇ ਆਪਾਂ ਵੀ ਚਰਨੇ ਬਾਈ ਕੀ ਹਾਲ ਹੈ ਦੱਸੋ ਮਾੜਾ ਜਿਹਾ ਕਿੰਨੇ ਜਾਨਵਰ ਲਿਆਏ ਹੋ ਅੱਜ ਜਾਨਵਰ ਹੈਗੇ ਨੇ ਬਾਈ ਆਪਣੇ ਕੋਲੇ 15 ਤੇ
ਦੋ ਚਾਰ ਵਿੱਚ ਜਾਨੀ ਕਿ ਸੇਲ ਵੀ ਕਰਤੇ ਨੇਗੇ ਠੀਕ ਹੈ ਤੇ ਬਹੁਤ ਵਧੀਆ ਚੱਲੀ ਜਾਂਦਾ ਜੀ ਕੰਮ ਲਓ ਜੀ ਮਹਾਰਾਜ ਹਾਂ ਜੀ ਹੁਣ ਐ ਦੱਸ ਲਿਖਾਈ ਕਰਾਵੇਂਗਾ ਛੋੜ ਕਰੇਗਾ ਛੋੜ ਕਰਾ ਗੱਲ ਇੱਕੋ ਜਿਹੀ ਵਾਲੀ ਗੱਲ ਹੈ ਚੱਲ ਲਿਖਾਈ ਕਰਾ ਪਰਚੀ ਦੇ ਦੇ ਕਰਾ ਕੇ ਇਹਨਾਂ ਨੂੰ ਪੀਲੀ ਚੱਲ ਕਰਾ ਦੇ ਆ ਬੱਚਾ ਉਰੇ ਖੜਾ ਰਹਿੰਦੇ ਇਹਨਾਂ ਨੂੰ ਮੇਲਾ ਦੇਖ ਰਹਿੰਦੇ ਤੁਰ ਫਿਰ ਕੇ ਬੱਚਾ ਹੋ ਗਿਆ ਸਾਡਾ ਕੋਈ ਗੱਲ ਉਹਦਾ ਕੋਈ ਵੀ ਕੇ ਪੈ ਆ ਕੇ ਹਾਂ ਲੈ ਜੀ ਬਾਬਾ ਜੀ ਨਵੇਟ ਬਹੁਤ ਹੈ ਸ਼ੁਕਰ ਹੈ ਚਰਨੇ ਬਾਈ ਇਹ ਖੀਰਾ ਹਾਂ ਜੀ ਖੀਰਾ ਹੀ ਆ ਵੀਰੇ ਕਿੰਨੇ ਸਾਰਾ ਬੱਚਾ ਹੈ ਸਾਢੇ 5 ਮਹੀਨਿਆਂ ਦਾ ਵੀਰੇ 5 ਮਹੀਨਿਆਂ ਦਾ ਅੱਛਾ ਹਾਂ ਜੀ ਹਾਂ ਬੱਚਾ ਨਹੀਂ ਮਾੜਾ ਹੈਗਾ ਬਾਈ ਜੀ ਇੱਧਰ ਦਿਖਾ ਆ ਦੇਖੋ ਜੀ ਜਾਨਵਰ ਹੋਰ ਵੀ ਬਹੁਤ ਨੇ ਕੰਨ ਬਹੁਤ ਚੋੜਾ ਨਹੀਂ ਮੇਰੇ ਦਾ ਵਧੀਆ ਬੱਚਾ ਜਰਾ ਬਾਈ ਇਹਨੂੰ ਪਰਚੀ ਕਰਾ ਨਵੇੜ ਕੰਮ ਕੋਈ ਨਹੀਂ ਕਰਾ ਦਿੰਨੇ ਆ ਨਾ ਨਾ ਕਰਾ ਸੋ ਬਹੁਤ ਵਧੀਆ ਸੌਦਾ ਹੋ ਗਿਆ ਹੁਣ ਮੈਂ ਕਰਦਾ ਨਾ ਸੌਦੇ ਆਪੇ ਵੇਚ ਦੂੰ ਬੱਕਰੀਆਂ ਚੱਕ ਰਾਇਆ ਬੱਕਰੀਆਂ ਦਾ ਵੀ ਇਹ ਰਾਜੂ ਨੂੰ ਭੇਜ ਉੱਥੇ ਜਾ ਰਾਜੂ ਪਰਚੀ ਕਰਾ ਕੇ ਆ ਲੈ ਨੇ ਜੀ ਜਾਨਵਰ ਬਾਈ ਚਰਨਾ ਦੇਖੋ ਜੀ ਬੱਕਰੀਆਂ ਦੇਖੋ ਬਕਾਉ ਨੇ ਕੋਈ ਹੋਰ ਹੈਗਾ ਚਾਹ ਮਾਨ ਚਲੋ ਨਾ ਮੈਂ ਸੋ ਦੋਸਤੋ ਮੁੱਲਾਪੁਰ ਦੀ ਬੱਕਰਾ ਮੰਡੀ ਤੋਂ ਵੀਡੀਓ ਸ਼ੂਟ ਕੀਤੀ ਹੈ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਰ ਦੇਖਦੇ ਆ ਵੀਡੀਓਜ਼ ਸਪੋਰਟ ਕਰਦੇ ਆ ਇਸੇ ਤਰ੍ਹਾਂ ਵੀਡੀਓਜ਼ ਦੇਖਦੇ ਰਹੋ ਸਪੋਰਟ ਕਰਦੇ ਰਹੋ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ